ਭਾਰੀ ਕੇ ਹੈਡ ਤੇ ਗੱਲ ਕਰੀਏ ਤਾਂ ਲਗਾਤਾਰ ਪਾਣੀ ਦਾ ਪਤਲਾ ਵਧਨ ਦੇ ਕਰਕੇ ਲਗਾਤਾਰ ਪਿੰਡ ਘਰਮ ਅਤੇ ਪਿੰਡ ਸਪਰਾ ਦੇ ਵਿੱਚ ਬੰਨ ਟੁੱਟਣ ਦੇ ਕਰਕੇ ਲਗਾਤਾਰ ਪਾਣੀ ਦਾ ਪ੍ਰਵਾਹ ਤੇ ਪਤਲਾ ਲਗਾਤਾਰ ਪਿੰਡਾਂ ਵਿੱਚ ਵਾਧਾ ਜਾ ਰਿਹਾ ਹੈ ਹਾਲਾਂਕਿ ਭਾਵੇਂ ਲਖ ਜਿਲ੍ਹਾ ਪ੍ਰਸ਼ਾਸਨ ਲਗਾਤਾਰ ਵੱਡੇ ਵੱਡੇ ਉਪਰਾਲੇ ਕੀ ਤਿਆਰ ਨੇ ਪਾਣੀ ਨੂੰ ਰੋਕਣ ਲਈ ਲਗਾਤਾਰ ਮਰ ਰੇਗਾ ਤੇ ਲੋਕ ਸਮਾਵਾਂ ਦੇ ਨਾਲ ਨਾਲ ਪਾਣੀ ਰੋਕਣ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਫੇ ਵੀ ਜੇ ਗੱਲ ਕਰੀ ਸਮਾਜਿਕ ਸੰਸਥਾਵਾਂ ਵੀ ਉਹ ਵੀ ਦਿਨ ਰਾਤ ਇੱਕ ਕਰ ਰਹੀਆਂ ਤੇ ਲਗਾਤਾਰ ਇਸ ਬੰਨ੍ਹ ਨੂੰ ਬਨਣ ਦੀ ਕੋਸ਼ਿਸ਼ ਵਿੱਚ ਲੱਗੀਆਂ ਨੇ ਇਸ ਵੇਲੇ ਮੈਂ ਤਸਵੀਰਾਂ ਖਾਹਾਂਗਾ ਹਰੀ ਘੇੜਦੀਆਂ ਇਹ ਉਹ ਤਸਵੀਰਾਂ ਹਰੀ ਘੇੜਦੀਆਂ ਅਨਮੂਨਤ ਰਹੀਦੀ ਦੇਖ ਸਕਦੇ ਹੋ ਕਿ ਤਰ੍ਹਾਂ ਪਾਣੀ ਦੇ ਵਹਾਅ ਦੀ ਗੱਲ ਕਰੀ ਬਹੁਤ ਜ਼ਿਆਦਾ ਫੁੱਲ ਮਕਿ ਸਪੀਡ ਤੇ ਪਾਣੀ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ ਕਿ ਹਾਲਾਂਕਿ ਬੰਨ੍ਹ ਨੂੰ ਕੱਲ ਬੰਨਿਆ ਗਿਆ ਸੀ ਹਰ ਨੂੰ ਜਿਹੜਾ ਟੁੱਟਿਆ ਸੀ ਮੜਦਾ ਫੇਰ ਵੀ ਲਗਾਤਾਰ ਪਾਣੀ ਦਾ ਪ੍ਰਭਾਵ ਜਿਹੜਾ ਵਧਾਵਾ ਉਹ ਤੇ ਹੋਣ ਕਰਕੇ ਪਾਣੀ ਦਾ ਬੰਨਫੇ ਟੁੱਟ ਗਿਆ ਇਸ ਵੇਲੇ ਗੱਲ ਕਰਾਂਗੇ ਸਰਬੱਤ ਦਾ ਭਲਾ ਚੈਰੀਬਾਡ ٹرسٹ ਦੇ ਜਿਹੜੇ ਨਮਾਇਦੇ ਨੇ ਉਹ ਵੀ ਇਸ ਵੇਲੇ ਖਰੀਖੜ ਦੇ ਪਹੁੰਚ ਚੁੱਕੇ ਨੇ ਲੋਕ ਸੇਵਾਵਾਂ ਲਈ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਕੀ ਹਾਲਾਤ ਨੇ ਇਸ ਵੇਲੇ ਤੁਸੀਂ ਮੌਕੇ ਤੇ ਪਹੁੰਚੇ ਜੀ ਅੱਜ ਕੱਲ ਵੀ ਦੇਖਿਆ ਖਾਸ ਐਡ ਵਾਲੇ ਵੀ ਲਗਾਤਾਰ ਵੀਰ ਸੇਵਾ ਕਰ ਰਹੇ ਨੇ ਸਰਬੱਤ ਦਾ ਭਲਾ ਟੀਮ ਵੀ ਅੱਜ ਤੇ ਪਹੁੰਚ ਚੁੱਕੀ ਹੈ ਤੇ ਕੀ ਹਾਲਾਤ ਨੇ ਸਰ ਮੰਝਰ ਕੀ ਨੇ ਦੇਖੋ ਜੀ ਇਹ ਜਿਹੜੇ ਹਾਲਾਤ ਬੜੇ ਨੇ ਬਹੁਤ ਹੀ ਮਾੜੇ ਨੇ ਕਿਉਂਕਿ ਇਹ ਕੱਲਾ ਪੰਜਾਬ ਨੂੰ ਪਾਣੀ ਨਹੀਂ ਆਇਆ ਇਹ ਆਪਣਾ ਜਦੋਂ ਮਾਝਾਲ ਚੋਂ ਜਦੋਂ ਪਾਣੀ ਕਈ ਜਗਰ ਜਿਹੜੇ ਬੱਦ ਉਹਨਾਂ ਕਾਰਨ ਜਿਹੜੇ ਆ ਕਿ ਪੰਜਾਬ ਵਾਲੇ ਜਿਆਦਾ ਰੋੜ ਹੋ ਗਿਆ ਜੇਕਰ ਇਹਨੂੰ ਵੰਡਿਆ ਜਾਵੇ ਜਿਵੇਂ ਮੈਂ ਪਹਿਲਾਂ ਵੀ ਆਪ ਜੀ ਨੂੰ ਕਿਹਾ ਜੇਕਰ ਇਸ ਪਾਣੀ ਨੂੰ ਵੰਡਿਆ ਜਾਵੇ ਹਰਿਆਣੇ 'ਚ ਰਾਜਸਥਾਨ ਦੇ ਵਿੱਚ ਜਾਂ ਛੋਟੀਆਂ ਨਹਿਰਾਂ ਜਿਹੜੀਆਂ ਉਹਨਾਂ ਜੇ ਥੋੜੇ ਥੋੜੇ ਜਿਹੇ ਪਾਣੀ ਵੰਡਿਆ ਜਾਵੇ ਤੇ ਬਹੁਤ ਜ਼ਿਆਦਾ ਫਰਕ ਪੈ ਸਕਦਾ ਜੋ ਐਸ ਨੇ ਜੋ ਸਰਬੱਤ ਦਾ ਭਲਾ ਟੀਮ ਹੈ ਜਿਹੜੀ ਡਾਕਟਰ ਐਸ.ਪੀ ਸਿੰਘ ਉਹ ਰਾਏ ਸਾਹਿਬ ਅਤੇ ਸਾਡੇ ਸਰਦਾਰ ਜਸਾ ਸਿੰਘ ਜੀ ਪ੍ਰਧਾਨ ਆਰ ਇੰਡੀਆ ਦੇ ਯਾਨੀ ਸਾਡੇ ਤਰਨਤਨ ਜ਼ਿਲ੍ਹਾ ਦੇ ਗੁਰਪ੍ਰੀਤ ਸਿੰਘ ਜੀ ਪ੍ਰਿੰਸ ਤੋਂ ਨਾਲ ਜੀ ਉਹ ਵੀ ਰੱਖ ਦੇਣੀ ਇੱਥੇ ਮਿਹਨਤ ਕਰਦੇ ਆ ਉਹਨਾਂ ਦੀ ਵੀ ਟੀਮ ਸਾਰੀ ਸਾਡੀ ਟੀਮ ਸਾਰੀ ਜ਼ਿਲ੍ਹੇ ਦੀ ਟੋਟਲ ਟੀਮ ਸਾਰੀ ਮਿਲਾ ਕੇ ਉਹ ਪੂਦਾ ਜਿਹੜਾ ਕੰਮ ਆ ਉਹ ਵੇਖ ਲਈ ਜੀ ਗੱਲ ਕਰੀ ਲਗਾਤਾਰ ਅੱਜ ਕੱਲ੍ਹ ਇਹ ਕਬਾਂ ਟੁੱਟ ਗਿਆ ਸਹੀ ਤੇ ਹੁਣ ਗੱਲ ਕਰਨਾ ਕਿ ਅੱਜ ਪਿੰਡ ਘੜੋਮ ਦਾ ਸਵੇ ਦੇ ਖਬਰਾਂ ਵਾਇਰਲ ਹੋ ਰਹੀਆਂ ਵਾਂ ਕਿ ਬਾਂ ਟੁੱਟ ਗਿਆ ਲਗਾਤਾਰ ਉਹ ਬਾਂ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵਾਲਾ ਵੀ ਤੁਹਾਡੇ ਬਣਾ ਵਿੱਚ ਕਿਵੇਂ ਦੇ ਸੇਵਾਵਾ ਲੋਕਾਂ ਲਈ ਗੱਲ ਕਰੀ ਜਿਹੜਾ ਪਸ਼ੂ ਦਾ ਚਾਰਾ ਉਹ ਬਿਲਕੁਲ ਕਹਿ ਰਹੇ ਕਿ ਖੇਤ ਡੁੱਬ ਚੁੱਕੇ ਨੇ ਪਸ਼ੂ ਵਿਚਾਰੇ ਬੇਸਹਾਰਾ ਹੋਏ ਪਏ ਨੇ ਭੁੱਖ ਤੇ ਬਿਠੇ ਹੋਏ ਨੇ ਤਾਂ ਤੁਹਾਡੀ ਸਰਪੱਤ ਸੰਸਥਾ ਵਾਲੋ ਲੋਕਾਂ ਲਈ ਤੇ ਪਸ਼ੂਆਂ ਲਈ ਕੀ ਐਫਪ ਪ੍ਰਾਲੇ ਕਰਨ ਦਾ ਸਮਾਂ ਚ ਦੇਖੋ ਜੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਾਂ ਡਾਕਟਰ ਐਸ ਪੀ ਸਿੰਘ ਬਰਾਏ ਸਾਹਿਬ ਵੱਲੋਂ ਉਹਨਾਂ ਦੇ ਨਿਰ ਤੇ ਸਦਾਰ ਜਸਾ ਸਿੰਘ ਜੀ ਦੀ ਪ੍ਰਧਾਨਗੀ ਹੇਟ ਜੋ ਤਰੰਦਾਂ ਨੂੰ ਬਹੁਤ ਜ਼ਿਆਦਾ ਮਰਕੀ ਜਲਾਚਾਰਾ ਦਿੱਤਾ ਗਿਆ ਹੈ। ਉਹਦੇ ਵਿੱਚ ਤਰਪੈਲਾਂ ਦੀ ਸੇਵਾ ਮਸ਼ਰਦਾਨੀਆਂ ਦੀ ਸੇਵਾ ਨਾਲ ਆਪਣਾ ਮੈਡੀਕਲ ਦੀ ਸਹੂਲਤ ਜਿਹੜੇ ਜੀਵ ਆ ਉਹਨਾਂ ਦੀ ਮੈਡੀਕਲ ਦੀ ਸਹੂਲਤ ਸਾਰੀਆਂ ਦਿੱਤੀਆਂ ਗਈਆਂ ਸਨ। ਹੋਂ ਵੀ ਚਿਤਰਾ ਮਰਕੀ ਸਾਨੂੰ ਡਾਕਟਰ ਐਸ.ਪੀ ਸਿੰਘ ਫਰਾਇਸ ਸਾਹਿਬ ਤੇ ਸਾਡੇ ਪ੍ਰਧਾਨ ਜੀ ਪ੍ਰਿੰਸ ਤੁਣਾ ਜੀ ਜੋ ਸਾਨੂੰ ਉਹ ਹੁਕਮ ਕਰਨਗੇ। ਉਹਰੇ ਹੁਕਮ ਹੁਕਮਾਂ ਸਾਰੀ ਅਹੀਂ ਜਿਹੜਾ ਵਾ ਰਾਤ ਦਿਨ ਇੱਕ ਕਰਦਾਂਗੇ ਜਿੱਤੇ ਉਹ ਸਾਡੀ ਡਿਊਟੀ ਲਾਉਣਗੇ ਡੀ ਜੀ ਡੀ ਟੀਮ ਆ ਉਹ ਬਿਲਕੁਲ ਤਿਆਰ ਬਤਿਆਰੇ ਜੀ ਲੋਕਾਂ ਨਾਲ ਵਿਚਰੇ ਤੁਸੀਂ ਲੋਕਾਂ ਦੇ ਵਿੱਚ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ ਲੋਕਾਂ ਨੂੰ ਰਾਸ ਸਮੱਗਰੀ ਚਾਹੀਦੀ ਹੈ ਬਹੁਤ ਜ਼ਿਆਦੀ ਰੋਟੀ ਪਾਣੀ ਦੇ ਲੋਕ ਅਤਰਜੁਕੇ ਨੇ ਹੁਣ ਤੱਕ ਲੋਕਾਂ ਤੱਕ ਵਿਚਰੇ ਆਪਾਂ ਹਾਂ ਜੀ ਲੋਕਾਂ ਤੱਕ ਵਿਚਰੇ ਆ ਲੋਕਾਂ ਨੂੰ ਅਮਰ ਕੀ ਰਾਸ਼ਨ ਦਾ ਵੀ ਕਿਹਾ ਕਿ ਦੇਖ ਕੇ ਤੁਹਾਨੂੰ ਰਾਸ਼ਨ ਦੀ ਲੋੜ ਹੈ ਤਾਂ ਦੱਸੋ ਸਾਨੂੰ ਉਹ ਕਹਿ ਰਹੇ ਆ ਕਿ ਮਹਾਪੁਰਸ਼ ਬਾਬਾ ਜੀ ਜਿਹੜੇ ਆਪਣੇ ਸ੍ਰੀ ਹਰਿਐਲਿ ਸਾਲੇ ਬਾਬਾ ਜੀ ਆ ਇਹਨਾਂ ਲੋ ਜਿਹੜੀ ਲੰਗਰ ਦੀ ਸੇਵਾ ਜਿਹੜੀ ਉਹ ਬਹੁਤ ਜ਼ਿਆਦੀ ਚੱਲ ਰਹੀ ਆ ਡੀਸੀ ਮੈਡਮ ਵੱਲੋਂ ਵੀ ਬਹੁਤ ਸਲਾਗਾ ਜੋ ਕਿ ਉਹਨਾਂ ਨੇ ਕਿਹਾ ਪਿੰਡ ਜਿਹੜੇ ਪਿੰਡ ਵਾਸੀਆਂ ਨੇ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਸਾਨੂੰ ਮਰਗੀ ਪ੍ਰਸ਼ਾਸਨ ਤੇ ਡਾਕਟਰ ਐਸਪੀ ਸਿੰਘ ਬਰਾਈ ਸਾਹਿਬ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਹੀ ਚੱਲਾਂਗੇ ਜੀ ਇਹ ਲੱਗਦਾ ਤੁਹਾਨੂੰ ਜਿਹੜਾ ਪਾਣੀ ਟੁੱਟਿਆ ਹੋਇਆ ਵਾ ਕਿੰਨੇ ਪਿੰਡਾਂ ਦੇ ਪਾਣੀ ਦੀ ਜਿਹੜੀ ਆ ਮਾਰ ਕਰ ਸਕਦਾ ਵਾ ਗੱਲ ਕਰਾਂ ਲੋਕਾਂ ਦੇ ਘਰਾਂ 'ਚ ਨਿਕਲ ਨੁਕਸਾਨ ਹੋਣ ਦਾ ਖਸ਼ਾ ਜਿਤਾ ਜਾ ਸਕਦਾ ਤੁਹਾਨੂੰ ਕੀ ਲੱਗਦਾ ਬਹੁਤ ਸਾਰੇ ਫਾਹਾਂ ਤੇ ਫੈਲ ਰਹੀਆਂ ਨੇ ਲੇਕਿਨ ਤੁਹਾਡੇ ਕੋਲ ਜਾਣਨਾ ਚਾਹੁੰਦੇ ਆ ਤੁਸੀਂ ਪਿੰਡ ਵਿੱਚ ਮੌਕੇ ਪਹੁੰਚੇ ਜੇ ਕੀ ਲੱਗਦਾ ਤੁਹਾਨੂੰ ਪਿੰਡ ਕਿੰਨੇ ਪ੍ਰਭਾਵਿਤ ਹੋ ਗਏ ਹਨ ਪਾਣ ਦੇਖੋ ਜੀ ਪਹਿਲਾਂ ਤੇ ਕਰੀਬਨ ਕੋਈ 30 ਤੋਂ 35 ਪਿੰਡ ਪਹਿਲਾਂ ਹੀ ਆ ਗਏ ਸੀ ਜਿਸਾ ਉਹਨਾਂ ਤੇ ਹੁਣ ਆ ਸਪੀਡ ਤੇ ਪਾਣੀ ਦੀ ਵੇਖ ਰਹੇ ਹੋ ਇਹਨੂੰ ਵੇਖੀਏ ਜਾਂ ਇਧਰਲੇ ਬਣੇ ਉਹ ਜਿਹੜਾ ਪਾਣੀ ਕਰੋਸ ਗੋਲ ਹੋ ਕੇ ਪਾਣੀ ਜਿਹੜਾ ਇਧਰਲੇ ਬਣੇ ਆ ਗਿਆ ਪਿਛਲੇ ਬਣਨੇ ਜਿਹੜੇ ਉਹ ਘਰ ਆ ਉਹ ਘਰ ਵੀ ਜਿਹੜੇ ਆ ਉਹ ਡੁੱਬ ਚੁੱਕੇ ਨੇ ਕਿਉਂਕਿ ਉਹਨਾਂ ਦੇ ਵਿਹੜੇ ਤੱਕ ਵੀ ਪਾਣੀ ਆ ਚੁੱਕਾ ਜੇਕਰ ਇਹ ਪਾਣੀ ਸੌਂਕ ਜਿਵੇਂ ਕਹਿੰਦੇ ਸੌਂਖਾਜੇ ਜੀ ਚੂਹਾ ਖੋਟ ਕਰ ਦੇ ਜੇਕਰ ਰੱਬ ਨਾ ਕਰੇ ਜੇ ਇਹ ਸੜਕ ਤੋਂ ਕੋਈ ਵੀ ਰਾਹ ਮਿਲ ਗਿਆ ਪਾਣੀ ਨੂੰ ਕੋਨੇ ਅਵੀ ਦਾ ਤੋੜ ਕੇ ਤੇ ਪਾਣੀ ਨੂੰ ਇਧਰ ਨੂੰ ਮਨੇ ਸੁੱਟ ਦੇਣਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਪ੍ਰਸ਼ਾਸਨ ਵੀ ਬਹੁਤ ਜ਼ਿਆਦਾ ਆਪਣਾ ਰਾ ਦੇਣਾ ਇਹ ਲੱਗਾ ਹੋਇਆ ਹੈ ਹੋਰ ਵੀ ਜਿਹੜੀਆਂ ਜਿਵੇਂ ਤੁਸੀਂ ਖਾਸ ਸੈਡ ਦੀ ਗੱਲ ਕੀਤੀ ਆ ਖਾਸ ਸੈਡ ਵੀ ਜਿਹੜੀ ਸੁਸਾਇਟੀ ਆ ਉਹ ਵੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਪਰ ਹਰ ਜੋ ਵੀ ਸੰਸਥਾ ਉਹ ਆਪਣੇ ਹਿਸਾਬ ਨਾਲ ਚੱਲ ਰਹੀ ਆ ਜੋ ਸਾਨੂੰ ਡਾਕਟਰ ਐਸ.ਪੀ ਸਿੰਘ ਵਰਾਏ ਸਾਹਿਬ ਉਹਨਾਂ ਨੂੰ ਜਦੋਂ ਪਹਿਲਾ ਲੱਗਦਾ ਉਹ ਬਾਹਰ ਹੀ ਉਹ ਬਾਹਰੋਂ ਇੱਥੇ ਆ ਗਏ ਉਹਨਾਂ ਨੂੰ ਪਤਾ ਲੱਗਾ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਹੁਣ ਤੇ ਕੁਦਰਤੀ ਆ ਉਦਰਦਰ ਆਏ ਸਾਰਾ ਪਹਾੜਾ ਵਾ ਜਿਵੇਂ ਹੁਣ ਵੇਖੋਗੇ ਆਪਣਾ ਮਾਚਲ ਦੇ ਵਿੱਚ ਤਿੰਨਾ ਚੋਂ ਜਗ੍ਹਾ ਤੇ ਨਗਾਤਾਰੀ ਜਿਹੜੇ ਬਦਲੇ ਤੇ ਬੜਾ ਤੇ ਬੜਾ ਫਟ ਗਿਆ ਮੰਡੀ ਦੀ ਗੱਲ ਕਰੀਏ ਸਕੇਤ ਮੰਡੀ ਦੀ ਉੱਥੇ ਵੀ ਫਟ ਗਿਆ ਜੇ ਮੈਂ ਆਪਣਾ ਗੱਲ ਕਰੀ ਆਪਾਂ ਸ਼ਿਮਲੇ ਦੀ ਉੱਥੇ ਵੀ ਫਟ ਗਿਆ ਜੇ ਆਪਾਂ ਅਗਲੇ ਬੰਨੇ ਗੱਲ ਕਰੀਏ ਪਹਿਲਾ ਡੈਮ ਹੀ ਜਿਹੜਾ ਕੁਲੂ ਵਾਲਾ ਉਹਦਾ ਬਹੁਤ ਡਾਰੀ ਜਿਹੜਾ ਪਾਣੀ ਉੱਤੋਂ ਦੀ ਫੈਲ ਕੇ ਨਿਕ ਰਿਹਾ ਸੀ ਉਹਦਾ ਬਹੁਤ ਡਾਰੀ ਕਿ ਜੇ ਉਹ ਟੁੱਟ ਗਿਆ ਤੋਨਾ ਕਰੀਬਨ ਕਰੀਬਨ ਸਾਰਾ ਹੀ ਹਰਿਆਣਾ ਤੇ ਦਿੱਲੀ ਦੇ ਆਪਣਾ ਪੱਲੇ ਬਨੇ ਸਾਰਾ ਜਿਹੜਾ ਵਾ ਪਾਣੀ ਤੋਂ 6 ਫੁੱਟ ਪਾਣੀ ਕਿੰਨੇ ਹੀ ਆ ਸਕਦਾ ਇਸਾਂ ਸਰਬੱਧਰਾ ਪਲਾਤਾਂਤਾਂ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਦਰਬਾਸ਼ ਨੇ ਜੋਧਾ ਜੀ ਨਾਲ ਦੱਸਿਆ ਕਿ ਲੋਕਾਂ ਚ ਵਿਚਰਣੇ ਤੇ ਵੇਖਣ ਵਾਲੇ ਹਾਲਾਤ ਵੇਖੇ ਨੇ ਕਿ ਪਾਣੀ 40 ਤੇ 50 ਪਿੰਡ ਪਾਰ ਹੋ ਚੁੱਕਾ ਹੈ ਤੇ 40 ਤੇ 50 ਪਿੰਡ ਜਿਹੜੇ ਪਾਣੀ ਨਾਲ ਹੋਰ ਪ੍ਰਭਾਵਿਤ ਹੋਣ ਦੇ ਨਜ਼ਾਰੇ ਆ ਰਹੇ ਨੇ ਹਾਲਾਂਕਿ ਬੰਨ੍ਹ ਨੂੰ ਬੰਨ੍ਹ ਦੇ ਜਿसरी ਪਿੰਡ ਘੜਮ ਤੋਂ ਬੰਨ੍ਹ ਟੁੱਟਿਆ ਉਹਨੇ ਬੰਦੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ ਹਾਲਾਂਕਿ ਗੱਲ ਕਰੇ ਕੈਬਨਟ ਮੰਤਰੀ ਲਾਲਜੀ ਭੁੱਲਰ ਉਹ ਵੀ ਇਸ ਜਗ੍ਹਾ ਪਹੁੰਚ ਚੁੱਕੇ ਨੇ ਜਿੱਥੇ ਤੰਤਾਂ ਦੇ ਪ੍ਰਸ਼ਾਸਨ ਨੇ ਮਤਨ ਨਾਲ ਲਗਾਤਾਰ ਬੰਨ੍ਹ ਨੂੰ ਬੰਨ੍ਹ ਦੇ ਕੋਸ਼ਿਸ਼ਾਂ ਕੀਤੀਆਂ ਦੇ ਰਹੇ ਹ ਇਹ ਲੋਕਾਂ ਨਾਲ ਪਵਨ ਕੁਮਾਰ ਅਨਮਿਊਟਿ